ਸਤਿ ਸ਼੍ਰੀ ਅਕਾਲ ਜੀ, ਵੈਲਕਮ ਟੂ ਨਿਮਰਤ ਕ੍ਰੀਏਸ਼ਨ। ਅੱਜ ਦੀ ਵੀਡੀਓ ਲੈ ਕੇ ਆਏ ਹਾਂ, ਅੱਜ ਤੁਹਾਡੇ ਲਈ ਆਪਾਂ ਬੋਟਮ ਵਰਕ ਦੇ ਵਿੱਚ ਬਹੁਤ ਪਿਆਰੇ ਡਿਜ਼ਾਈਨਰ ਸੂਟ ਲੈ ਕੇ ਆਏ ਹਾਂ ਜੀ। ਸਾਰੇ ਜਿੰਨੇ ਸੂਟ ਅੱਜ ਤੁਹਾਨੂੰ ਦਿਖਾਵਾਂਗੇ, ਉਹਨਾਂ ਦੇ ਸਾਰਿਆਂ 'ਤੇ ਬੋਟਮਸ 'ਤੇ ਵੀ ਵਰਕ ਹੈ ਅਤੇ ਡਿਜ਼ਾਈਨਰ ਦੁਪੱਟਿਆਂ ਦੇ ਨਾਲ, ਅਤੇ ਸ਼ਰਟਸ 'ਤੇ ਵੀ ਬਹੁਤ ਅੱਛੀ ਡਿਜ਼ਾਈਨਿੰਗ ਹੋਈ ਹੈ, ਅਤੇ ਪ੍ਰਾਈਜ਼ ਮੈਂ ਸਾਰੇ ਸੂਟਾਂ ਦੇ ਨਾਲ ਦੀ ਨਾਲ ਦੱਸੀ ਜਾਣੀ ਹੈ। ਬਸ ਤੁਸੀਂ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਿਆ ਕਰੋ। ਜਿਨ੍ਹਾਂ ਨੇ ਚੈਨਲ ਸਬਸਕ੍ਰਾਈਬ ਨਹੀਂ ਕਰਿਆ, ਸਭ ਤੋਂ ਪਹਿਲਾਂ ਮੇਰਾ ਚੈਨਲ ਸਬਸਕ੍ਰਾਈਬ ਕਰ ਲਓ। ਡੇਲੀ ਮਾਰਨਿੰਗ ਦੇ ਵਿੱਚ ਆਪਾਂ ਵੀਡੀਓ ਲੈ ਕੇ ਆਉਂਦੇ ਹਾਂ ਜੀ, 9:15-9:30 ਦੇ ਵਿੱਚ ਮੈਂ ਵੀਡੀਓ ਪੋਸਟ ਕਰ ਦਿੰਦੀ ਹਾਂ। ਜੇ ਤੁਸੀਂ ਚੈਨਲ ਸਬਸਕ੍ਰਾਈਬ ਕਰਿਆ ਹੋਊਗਾ ਤਾਂ ਤੁਹਾਡਾ ਕੋਈ ਵੀ ਸੂਟ ਦੇਖਣ ਤੋਂ ਮਿਸ ਨਹੀਂ ਹੋਊਗਾ ਜੀ। ਜੋ ਅੱਜ ਪਹਿਲੀ ਵਾਰ ਮੇਰੀ ਵੀਡੀਓ ਦੇਖ ਰਹੇ ਹੋ ਤਾਂ ਤੁਸੀਂ ਵੀ ਪਲੀਜ਼ ਚੈਨਲ ਸਬਸਕ੍ਰਾਈਬ ਕਰ ਲਿਓ, ਕਿਉਂਕਿ ਆਪਾਂ ਡੇਲੀ ਹੀ ਵੀਡੀਓ ਪਾਉਂਦੇ ਹਾਂ, ਹਰੇਕ ਸੂਟ ਦਾ ਪ੍ਰਾਈਜ਼ ਆਪਾਂ ਨਾਲ ਦੀ ਨਾਲ ਦੱਸੀਦਾ। ਅਤੇ ਬੁਕਿੰਗ ਲਈ ਨੰਬਰ ਹੈ ਜੀ ਮੇਰਾ 8146580803 8186 ਇਸ ਸਾਈਡ, ਜਿਹੜਾ ਸਾਈਡ 'ਤੇ ਸਕਰੀਨ 'ਤੇ ਨੰਬਰ ਮੈਂਸ਼ਨ ਹੁੰਦਾ ਇਹੀ ਨੰਬਰ ਹੈ। ਇਸ ਨੰਬਰ 'ਤੇ ਤੁਸੀਂ ਆਪਣੇ ਸੂਟ ਦੀ ਬੁਕਿੰਗ ਕਰਾਉਣੀ ਹੁੰਦੀ ਹੈ, ਅਤੇ ਇਸੇ ਨੰਬਰ 'ਤੇ ਤੁਸੀਂ ਮੈਨੂੰ ਪੇਮੈਂਟ ਕਰਨੀ ਹੁੰਦੀ ਹੈ ਜੀ। ਪੇਮੈਂਟ ਔਨਲਾਈਨ ਹੀ ਕਰਨੀ ਹੁੰਦੀ ਹੈ, ਕੈਸ਼ ਔਨ ਡਿਲੀਵਰੀ ਦੀ ਆਪਸ਼ਨ ਨਹੀਂ ਹੈਗੀ। ਅਤੇ ਬਾਕੀ ਕੋਰੀਅਰ ਚਾਰਜਿਸ ਵਿੱਚ ਇਨਕਲੂਡ ਨਹੀਂ ਹੁੰਦੇ ਹੈਗੇ ਰੇਟ ਦੇ ਵਿੱਚ, ਉਹ ਅਲੱਗ ਤੋਂ ਤੁਹਾਨੂੰ ਪੇ ਕਰਨੇ ਪੈਂਦੇ ਆ। ਜਦੋਂ ਤੁਸੀਂ ਸੂਟ ਦੀ ਬੁਕਿੰਗ ਕਰਾ ਕੇ ਪੇਮੈਂਟ ਕਰਦੇ ਹੋ ਸੂਟ ਦੀ, ਉਸੇ ਟਾਈਮ ਆਪਣਾ ਫੁੱਲ ਐਡਰੈਸ ਭੇਜ ਕੇ ਤੁਸੀਂ ਕੋਰੀਅਰ ਚਾਰਜਿਸ ਕਨਫਰਮ ਕਰ ਲਿਆ ਕਰੋ ਵੀ ਤੁਹਾਡੇ ਐਡਰੈਸ ਦੇ ਅਕੋਰਡਿੰਗ ਕਿੰਨੇ ਹੋਣਗੇ ਜੀ। ਅਤੇ ਬੜੇ ਪਿਆਰੇ ਸੂਟ ਹੈ ਜੀ ਅੱਜ ਦੇ, ਅਤੇ ਦੇਖਦੇ ਹਾਂ ਜੀ ਅੱਜ ਦਾ ਪਹਿਲਾ ਸੂਟ। ਇਹ ਦੇਖੋ ਔਰਗੈਂਜ਼ਾ 'ਤੇ ਹੈ ਜੀ ਇਹ ਸ਼ਰਟ ਦਾ ਪ੍ਰਿੰਟ, ਕਿਉਂਕਿ ਕਈ ਅਲੱਗ ਅਲੱਗ ਪ੍ਰਿੰਟ ਫੈਬਰਿਕ ਦੇ ਵਿੱਚ ਵੀ ਸ਼ਰਟਸ ਹੋਣਗੀਆਂ। ਅਤੇ ਇਹ ਹੈਗਾ ਆਪਣਾ ਪਹਿਲਾ ਔਰਗੈਂਜ਼ਾ ਦੇ ਵਿੱਚ ਪ੍ਰਿੰਟ, ਕਰੀਮ ਬੇਸ ਹੈ ਜੀ ਸੂਟ ਦਾ। ਅਤੇ ਪ੍ਰਿੰਟ ਦੇਖੋ ਪਹਿਲਾਂ ਤਾਂ ਕਿੰਨਾ ਪਿਆਰਾ, ਬਲਿਊ ਕਲਰ ਦੇ ਵਿੱਚ ਬਹੁਤ ਹੀ ਅਟਰੈਕਟਿਵ, ਰੋਇਲ ਬਲਿਊ ਦੇ ਨਾਲ ਬਹੁਤ ਪਿਆਰਾ ਇਹ ਪ੍ਰਿੰਟ ਹੈ। ਔਰਗੈਂਜ਼ਾ ਦੀ ਸ਼ਰਟ ਆ ਗਈ, ਅਤੇ ਨੈੱਕ ਬੜੀ ਸੋਹਣੀ, ਪੂਰੀ ਨੈੱਕ ਇਹ ਰੈਡੀ ਹੋਈ ਹੋਈ ਹੈ ਜੀ, ਬਿਲਕੁਲ ਤੁਹਾਨੂੰ ਇਹਨੂੰ ਕੁਛ ਵੀ ਕਰਨ ਦੀ ਲੋੜ ਨਹੀਂ। ਬੜਾ ਪਿਆਰਾ ਨੈੱਕ ਲੇਸਿਸ ਦੇ ਨਾਲ, ਅਤੇ ਬੜਾ ਪਿਆਰਾ ਕਰੀਮ ਪੈਚ ਲਗਾ ਕੇ, ਪਿੰਟੈਕਸ ਪਾ ਕੇ, ਬਟਨਸ ਦੀ ਡਿਜ਼ਾਈਨਿੰਗ ਦੇ ਨਾਲ ਬੜਾ ਪਿਆਰਾ ਨੈੱਕ ਰੈਡੀ ਕੀਤਾ ਹੋਇਆ ਦਾ। ਇਹ ਤਾਂ ਆ ਗਈ ਆਪਣੀ ਸ਼ਰਟ, ਘੇਰੇ 'ਤੇ ਲੇਸ ਦਿੱਤੀ ਹੋਈ ਹੈ, ਔਰਗੈਂਜ਼ਾ ਦੀ ਹੋ ਗਈ ਇਹ ਆਪਣੀ ਸ਼ਰਟ। ਅਤੇ ਇਸ ਦੇ ਨਾਲ ਹੈਗੀ ਹੈ ਪਿਓਰ ਮਸਲੀਨ ਦੀ ਕਰੀਮ ਰੰਗ ਦੇ ਵਿੱਚ ਬੋਟਮ, 3-3 ਮੀਟਰ ਦੀਆਂ ਬੋਟਮਸ ਹੋਣਗੀਆਂ ਜੀ ਸਾਰੇ ਸੂਟਾਂ ਦੇ ਨਾਲ, ਕੋਈ ਵੀ ਘੱਟ ਨਹੀਂ ਹੋਊਗੀ ਜੀ 3 ਮੀਟਰ ਤੋਂ। ਅਤੇ ਬੋਟਮ 'ਤੇ ਬੜਾ ਪਿਆਰਾ ਵਰਕ ਹੈ, ਬਹੁਤ ਪਿਆਰਾ ਵਰਕ ਹੋਇਆ ਬੋਟਮ 'ਤੇ ਆ ਜਾਣਾ ਜੀ ਇਹ ਵਾਲਾ ਵਰਕ। ਪਿਓਰ ਮਸਲੀਨ ਦੇ ਵਿੱਚ ਹੈ ਜੀ ਇਹ ਵਾਲੀ ਬੋਟਮ, ਇਹ ਬੋਟਮ 'ਤੇ ਵਰਕ ਆ ਗਿਆ। ਅਤੇ ਇਸ ਦੇ ਨਾਲ ਹੈਗਾ ਔਰਗੈਂਜ਼ਾ ਦਾ ਹੀ ਟਾਈ ਐਂਡ ਡਾਈ ਦੇ ਵਿੱਚ ਦੁਪੱਟਾ, ਪੂਰਾ 2.5 ਮੀਟਰ ਦਾ ਦੇਖੋ ਦੁਪੱਟਾ ਕਿੰਨਾ ਪਿਆਰਾ, ਸਾਰੇ ਦੇ ਵਿੱਚ ਟਾਈ ਐਂਡ ਡਾਈ ਹੋਈ ਹੈ ਦੁਪੱਟੇ 'ਤੇ, ਅਤੇ 4 ਸਾਈਡ ਲੇਸ ਲਗਾ ਕੇ ਪ੍ਰੋਪਰ ਫਿਨਿਸ਼ਿੰਗ ਕੀਤੀ ਹੋਈ ਹੈ, ਜਿਵੇਂ ਦੀ ਨੈੱਕ 'ਤੇ ਲੱਗੀ ਹੋਈ ਹੈ ਲੇਸ ਉਹੀ ਲੇਸ ਇਹਦੇ 'ਤੇ ਆਪਾਂ ਦੁਪੱਟੇ 'ਤੇ ਯੂਜ਼ ਕੀਤੀ ਹੈ। ਇੱਥੇ ਤੋਂ ਤੁਸੀਂ ਸਕਰੀਨਸ਼ਾਟ ਲੈ ਸਕਦੇ ਹੋ। ਇਹ ਹੈਗਾ ਅੱਜ ਦਾ ਆਪਣਾ ਪਹਿਲਾ ਸੂਟ, 3400 ਪ੍ਰਾਈਜ਼ ਹੈ ਜੀ, 3400 ਪ੍ਰਾਈਜ਼ ਦੇ ਨਾਲ ਆਪਣਾ ਇਹ ਵਾਲਾ ਸੂਟ। ਬੜੀ ਪਿਆਰੀ ਡਿਜ਼ਾਈਨਿੰਗ ਹੈ, ਨੈੱਕ ਆਲਰੇਡੀ ਬਣੀ ਹੋਈ ਹੈ, ਬੋਟਮ 'ਤੇ ਬੜਾ ਸੋਹਣਾ ਵਰਕ ਹੈ, ਦੁਪੱਟਾ ਟਾਈ ਐਂਡ ਡਾਈ ਦੇ ਵਿੱਚ 3400 ਪ੍ਰਾਈਜ਼ ਦੇ ਨਾਲ ਆਪਣਾ ਇਹ ਵਾਲਾ ਸੂਟ। ਨੈਕਸਟ ਡਿਜ਼ਾਈਨ ਦਿਖਾਉਂਦੇ ਹਾਂ, ਇਹ ਹੈਗਾ ਲਾਈਟ ਪੀਚ ਕਲਰ ਦੇ ਵਿੱਚ ਹੈ ਜੀ, ਸਕਿਨ ਪੀਚ ਬੇਸ ਹੈ ਸੂਟ ਦਾ, ਔਰਗੈਂਜ਼ਾ 'ਤੇ ਹੀ ਹੈ ਜੀ ਇਹ ਵਾਲੀ ਸ਼ਰਟ ਵੀ, ਔਰਗੈਂਜ਼ਾ ਦੀ ਸ਼ਰਟ ਹੈ। ਅਤੇ ਬੜੀ ਪਿਆਰੀ ਨੈੱਕ ਬਣੀ ਹੋਈ ਹੈ ਇਹ ਵਾਲੇ ਸੂਟ ਦੀ ਵੀ, ਲੇਸ ਦੇ ਨਾਲ ਨੈੱਕ ਡਿਜ਼ਾਈਨ ਕੀਤਾ ਹੋਇਆ, ਬਹੁਤ ਸੋਹਣਾ ਬੋਟਮ ਦੇ ਨਾਲ ਦਾ ਇਹ ਲਗਾ ਕੇ ਵਿੱਚ ਪੈਚ, ਅਤੇ ਬਹੁਤ ਸੋਹਣੇ ਪਿੰਟੈਕਸ ਪਾ ਕੇ ਲੇਸ ਦੀ ਡਿਜ਼ਾਈਨਿੰਗ, ਨੈੱਕ ਪੂਰਾ ਰੈਡੀ ਹੈ ਜੀ, ਅਤੇ ਕਲੀਆਂ ਪਾਈਆਂ ਹੋਈਆਂ ਇਹ ਸੂਟ 'ਤੇ ਫਰੰਟ 'ਤੇ,
ਕਲੀ ਚ ਵੀ ਲੇਸ ਪਾਈ ਹੋਈ ਹੈ ਤੇ ਬੜੀ ਪਿਆਰੀ ਲੇਸ ਘੇਰੇ ਤੇ ਲੱਗੀ ਹੋਈ ਹੈ ਜੀ। ਪੀਚ ਕਲਰ ਹੈ, ਲਾਈਟ ਪੀਚ ਬੇਸ ਹੈ ਜੀ ਸੂਟ ਦਾ, ਤੇ ਰਸਟ ਕਲਰ ਦੇ ਪ੍ਰਿੰਟ ਦੇ ਨਾਲ ਆਪਾਂ ਰਸਟ ਲੇਸ ਦੀ ਡਿਜ਼ਾਈਨਿੰਗ ਦੇ ਨਾਲ ਇਹ ਦੇਖੋ ਇਹ ਲੁੱਕ ਆ ਰਹੀ ਹੈ। ਤੇ ਇਹ ਹੋ ਗਈ ਸ਼ਰਟ ਔਰਗੈਂਜ਼ਾ ਦੇ ਵਿੱਚ, ਤੇ ਇਸ ਦੇ ਨਾਲ ਹੀ ਹੈਗੀ ਆਪਣੀ ਸਿਲਕ ਦੇ ਵਿੱਚ 3 ਮੀਟਰ ਦੀ ਬੌਟਮ ਹੈ ਜੀ। ਨਾਲ ਮੈਂ ਪਹਿਲਾਂ ਹੀ ਦੱਸਿਆ ਸੀਗਾ ਤੁਹਾਨੂੰ ਬੌਟਮ ਸਾਰੀਆਂ 3-3 ਮੀਟਰ ਦੀਆਂ ਹੋਣਗੀਆਂ ਤੇ ਸਾਰੀਆਂ ਬੌਟਮਸ ਤੇ ਵਰਕ ਹੈ ਜੀ। ਇਹਦੇ ਤੇ ਵੀ ਤੁਸੀਂ ਦੇਖ ਸਕਦੇ ਹੋ ਬਹੁਤ ਪਿਆਰਾ ਵਰਕ, ਸਿਲਕ ਦੀ ਬੌਟਮ ਹੈ ਜੀ 3 ਮੀਟਰ ਦੀ ਤੇ ਬੌਟਮ ਤੇ ਇਹ ਵਰਕ ਹੈ ਜੀ ਨਾਲ। ਤੇ ਨਾਲ ਹੈਗਾ ਔਰਗੈਂਜ਼ਾ ਦਾ ਦੁਪੱਟਾ ਟਾਈ ਐਂਡ ਡਾਈ ਦੇ ਵਿੱਚ, ਟਾਈ ਡਾਈ ਦੁਪੱਟਾ, ਪੂਰੇ 2.5 ਮੀਟਰ ਦੇ ਦੁਪੱਟੇ ਹੋਣਗੇ, ਫਿਨਿਸ਼ਿੰਗ ਕੀਤੀ ਹੋਈ ਹੈ ਲੇਸ ਦੇ ਨਾਲ। ਇਹ ਦੇਖੋ ਲੁੱਕ ਕਿੰਨੀ ਪਿਆਰੀ ਹੈ ਸੂਟ ਦੀ। 3200 ਪ੍ਰਾਈਸ ਹੈ ਜੀ ਇਹ ਵਾਲੇ ਸੂਟ ਦਾ, 3200 ਪ੍ਰਾਈਸ ਦੇ ਨਾਲ ਆਪਣਾ ਇਹ ਵਾਲਾ ਸੂਟ। ਇਹ ਸਿੰਗਲ ਸੂਟ ਹੈ ਜੀ, ਬੜੇ ਪਿਆਰੇ ਡਿਜ਼ਾਈਨਰ ਸੂਟ ਹੋਣਗੇ ਅੱਜ ਦੇ ਸਾਰੇ। ਤੇ ਨੈਕਸਟ ਆ ਗਿਆ ਬੜਾ ਪਿਆਰਾ ਯੈਲੋ ਕਲਰ ਦੇ ਵਿੱਚ, ਇਹ ਤਾਂ ਕਾਫੀ ਫੇਮਸ ਡਿਜ਼ਾਈਨ ਹੈ ਜਿਹੜਾ ਯੈਲੋ ਵਾਲਾ ਮੈਂ ਤੁਹਾਨੂੰ ਦਿਖਾਉਣ ਲੱਗੀ ਹਾਂ। ਇਹ ਵੀ ਔਰਗੈਂਜ਼ਾ ਦੀ ਸ਼ਰਟ ਹੈ, ਬੜਾ ਪਿਆਰਾ ਪੈਚ ਲਗਾ ਕੇ ਵਰਕ ਕੀਤਾ ਹੋਇਆ ਦੇਖੋ। ਇਹ ਸਾਰਾ ਬੌਟਮ ਦੇ ਨਾਲ ਦਾ ਸਿਲਕ ਦੀ ਬੌਟਮ ਹੈ, ਇਹਦੇ ਨਾਲ ਸਿਲਕ ਦੀ ਬੌਟਮ ਦਾ ਹੀ ਪੈਚ ਲਗਾ ਕੇ ਸਾਰਾ ਵਰਕ ਕੀਤਾ ਹੋਇਆ। ਇਹ ਨੈਕ ਤੇ ਆ ਗਿਆ ਵਰਕ, ਤੇ ਇਹ ਸਾਈਡ ਤੇ ਸਲੀਵਸ ਤੇ ਆ ਜਾਣਾ ਜੀ, ਉਵੇਂ ਪੈਚ ਵਰਕ ਸਲੀਵਸ ਤੇ ਆ ਗਿਆ। ਇਹ ਇੱਕ ਬਾਜੂ ਤੇ ਆ ਜਾਣਾ, ਇਹ ਦੂਜੀ ਬਾਜੂ ਤੇ ਆ ਜਾਣਾ ਜੀ। ਬੜਾ ਪਿਆਰਾ ਪੈਚ ਵਰਕ ਹੋਇਆ, ਨੈਕ ਤੇ ਆ ਗਿਆ, ਦੋਨੋਂ ਸਲੀਵਸ ਤੇ ਆ ਗਿਆ। ਔਰਗੈਂਜ਼ਾ ਦੇ ਵਿੱਚ ਹੀ ਸ਼ਰਟ ਹੈ, ਪ੍ਰਿੰਟ ਤੁਸੀਂ ਦੇਖ ਹੀ ਲਿਆ, ਬੜਾ ਪਿਆਰਾ। ਤੇ ਇਸ ਦੇ ਨਾਲ 3 ਮੀਟਰ ਦੀ ਸਿਲਕ ਦੀ ਬੌਟਮ ਹੈ, ਤੇ ਬੌਟਮ ਦੇ ਇਹ ਵਾਲਾ ਵਰਕ ਹੈ ਜੀ, ਨੀਚੇ ਬੌਟਮ ਤੇ ਇਹ ਵਰਕ ਬੌਟਮ ਤੇ ਆ ਜਾਣਾ। ਤੇ ਨਾਲ ਹੈਗਾ ਔਰਗੈਂਜ਼ਾ ਦਾ ਦੁਪੱਟਾ ਯੈਲੋ ਕਲਰ ਦੇ ਵਿੱਚ, ਤੇ ਬਲੂ ਕਲਰ ਦੀ, ਫਰੋਜ਼ੀ ਕਲਰ ਦੀ ਸੋਰੀ ਲੇਸ ਦੇ ਨਾਲ, ਪੱਲਿਆਂ ਤੇ ਡਬਲ ਲੇਸ ਲੱਗੀ ਹੋਈ ਹੈ, ਪ੍ਰੋਪਰ ਫਿਨਿਸ਼ਿੰਗ ਕੀਤੀ ਹੋਈ ਹੈ ਜੀ ਸੂਟ। ਇੱਥੇ ਤੋਂ ਤੁਸੀਂ ਇਹਦਾ ਸਕਰੀਨਸ਼ੋਟ ਲੈ ਸਕਦੇ ਹੋ। 3200 ਪ੍ਰਾਈਸ ਦੇ ਨਾਲ, 3200 ਪ੍ਰਾਈਸ ਦੇ ਨਾਲ ਆਪਣਾ ਇਹ ਵਾਲਾ ਸੂਟ। ਪ੍ਰਾਈਸ ਹੈ ਜੀ ਇਹ ਵਾਲੇ ਸੂਟ ਦਾ, 3200 ਪ੍ਰਾਈਸ ਹੈ। ਇਹ ਤਾਂ ਸੀਗਾ ਔਰਗੈਂਜ਼ਾ ਦੇ ਵਿੱਚ, ਹੁਣ ਮੈਂ ਤੁਹਾਨੂੰ ਨੈਕਸਟ ਡਿਜ਼ਾਈਨਿੰਗ ਦਿਖਾਉਣ ਲੱਗੀ ਹਾਂ, ਬੜੀ ਪਿਆਰੀ ਡਿਜ਼ਾਈਨਿੰਗ ਹੈ। ਟੈਬੀ ਲਾਈਨਿੰਗ ਦੇ ਵਿੱਚ ਹੈ ਜੀ ਇਹ ਵਾਲੀ ਸ਼ਰਟ। ਪਹਿਲਾਂ ਤਾਂ ਪ੍ਰਿੰਟ ਜ਼ਰੂਰ ਦੇਖਿਆ ਕਰੋ ਸੂਟ ਦਾ ਵੀ, ਪ੍ਰਿੰਟ ਬਹੁਤ ਸੋਹਣਾ ਪ੍ਰਿੰਟ ਹੈ ਇਹਦਾ। ਇਹ ਪਿਸਤਾ ਕਲਰ ਦੇ ਵਿੱਚ ਹੈ ਜੀ ਬੇਸ, ਜਿਹੜਾ ਪਿਸਤਾ ਕਲਰ ਦੇ ਵਿੱਚ ਟੈਬੀ ਲਾਈਨਿੰਗ ਦੇ ਵਿੱਚ, ਜਿਹੜੀ ਪਿਓਰ ਟੈਬੀ ਲਾਈਨਿੰਗ ਹੈ। ਤੇ ਨੈਕ ਦੇਖੋ ਕਿੰਨੀ ਪਿਆਰੀ ਨੈਕ ਬਣੀ ਹੋਈ ਹੈ, ਤੇ ਲੇਸਿਸ ਦੀ ਡਿਜ਼ਾਈਨਿੰਗ, ਸਾਰੀ ਲੇਸਿਸ ਦੀ ਡਿਜ਼ਾਈਨਿੰਗ ਹੈ, ਬੜਾ ਪਿਆਰਾ ਨੈਕ ਬਣ ਕੇ ਘੇਰੇ ਤੱਕ ਤੁਸੀਂ ਦੇਖ ਸਕਦੇ ਹੋ ਲੇਸਿਸ ਦੀ ਡਿਜ਼ਾਈਨਿੰਗ ਹੋਈ ਹੈ। ਟੈਬੀ ਲਾਈਨਿੰਗ ਦੇ ਵਿੱਚ ਬਿਲਕੁਲ ਪਿਓਰ ਟੈਬੀ ਲਾਈਨਿੰਗ ਦੇ ਵਿੱਚ ਸ਼ਰਟ ਹੈ, ਨੈਕ ਦੇ ਵਿੱਚ ਨੈਕ ਡਿਜ਼ਾਈਨ ਹੋਈ ਹੈ, ਤੇ ਸਿਲਕ ਦੀ ਬੌਟਮ ਹੈ ਜੀ, ਇਹ ਬੌਟਮ ਤੇ ਵਰਕ ਆ ਜਾਣਾ। ਦੇਖੋ ਕਿੰਨਾ ਪਿਆਰਾ ਵਰਕ ਬੌਟਮ ਤੇ ਹੈ, ਪਿਸਤਾ ਕਲਰ ਦੇ ਵਿੱਚ ਸਿਲਕ ਦੀ ਬੌਟਮ ਹੈ ਨਾਲ। ਤੇ ਨਾਲ ਹੈਗਾ ਬੜਾ ਪਿਆਰਾ ਡਬਲ ਕਲਰ ਦੇ ਵਿੱਚ ਦੁਪੱਟਾ, ਲਾਈਟ ਐਂਡ ਡਾਰਕ ਦਾ, ਟੈਬੀ ਲਾਈਨਿੰਗ ਦੇ ਵਿੱਚ ਹੀ ਦੁਪੱਟਾ ਜੀ, ਪੂਰਾ 2.5 ਮੀਟਰ ਦਾ ਦੁਪੱਟਾ ਹੋਊਗਾ, ਤੇ ਪ੍ਰੋਪਰ ਲੇਸ ਦੀ ਫਿਨਿਸ਼ਿੰਗ ਦੇ ਨਾਲ।
ਬਹੁਤ ਪਿਆਰੀ ਲੁੱਕ ਹੈ ਜੀ ਇਹ ਵਾਲੇ ਸੂਟ ਦੀ ਵੀ। 3200 ਪ੍ਰਾਈਸ ਹੈ, 3200 ਪ੍ਰਾਈਸ ਦੇ ਨਾਲ ਆਪਣਾ ਇਹ ਵਾਲਾ ਸੂਟ। ਨੈਕਸਟ ਡਿਜ਼ਾਈਨ ਦਿਖਾਉਂਦੇ ਹਾਂ, ਸਾਰੇ ਮੈਂ ਤੁਹਾਨੂੰ ਪਹਿਲਾਂ ਹੀ ਦੱਸਿਆ ਸੀਗਾ ਵੀ ਸਿੰਗਲ ਸਿੰਗਲ ਡਿਜ਼ਾਈਨ ਦੇ ਸੂਟ ਹੋਣਗੇ ਸਾਰੇ ਅਲੱਗ ਅਲੱਗ। ਤੇ ਨੈਕਸਟ ਆ ਗਿਆ, ਇਹ ਵੀ ਟੈਬੀ ਲਾਈਨਿੰਗ ਦੇ ਵਿੱਚ ਹੈ। ਇਹਨਾਂ ਨੂੰ ਸਿਰਫ ਤੁਸੀਂ ਸਟਿਚ ਕਰਾਉਣਾ, ਸਾਰੀ ਡਿਜ਼ਾਈਨਿੰਗ ਇਹਨਾਂ 'ਤੇ ਹੋਈ ਵੀ ਹੈ ਜੀ ਸੂਟਾਂ 'ਤੇ ਹਰੇਕ 'ਤੇ। ਇਹ ਬੜਾ ਪਿਆਰਾ ਫਰੋਜ਼ੀ ਅਤੇ ਪਿੰਕ ਫਰੋਜ਼ੀ ਦਾ ਕੰਟਰਾਸਟ, ਨੈੱਕ ਦੇਖੋ ਕਿੰਨੀ ਪਿਆਰੀ ਲੇਸਿਸ ਦੀ ਡਿਜ਼ਾਈਨਿੰਗ ਦੇ ਨਾਲ ਨੈੱਕ ਰੈਡੀ ਕੀਤੀ ਹੋਈ ਹੈ, ਅਤੇ ਨੀਚੇ ਕਲੀ ਤੱਕ ਪੂਰੀ ਲੇਸ ਤੱਕ ਜਾ ਰਹੀ ਹੈ ਜੀ, ਲੇਸ ਪਈ ਹੋਈ ਹੈ ਪੂਰੀ ਕਲੀ ਪਾ ਕੇ, ਅਤੇ ਘੇਰੇ 'ਤੇ ਵੀ ਚੌੜੀ ਲੇਸ ਹੈ। ਟੈਬੀ ਲਾਈਨਿੰਗ ਦੇ ਵਿੱਚ ਸ਼ਰਟ ਆ ਗਈ ਹੈ, ਬਹੁਤ ਪਿਆਰੀ ਲੁੱਕ ਦੇ ਵਿੱਚ, ਕੋਈ ਡਿਜ਼ਾਈਨਿੰਗ ਕਰਵਾਉਣ ਦੀ ਲੋੜ ਨਹੀਂ ਹੈਗੀ, ਬਸ ਤੁਸੀਂ ਸਟਿਚ ਕਰਾਉਣਾ ਅਤੇ ਵੀਅਰ ਕਰਨਾ ਸੂਟ। ਇਸ ਦੇ ਨਾਲ ਹੈਗੀ ਹੈ ਮਜੈਂਟਾ ਕਲਰ ਦੀ ਉਹ ਬੋਟਮ, ਅਤੇ ਬੋਟਮ 'ਤੇ ਦੇਖੋ ਕਿੰਨਾ ਪਿਆਰਾ ਵਰਕ, ਇਹ ਬੋਟਮ 'ਤੇ ਆ ਗਿਆ ਜੀ ਵਰਕ, ਪਿਆਰਾ ਬੋਟਮ 'ਤੇ ਵਰਕ। ਅਤੇ ਹੈਗਾ ਇਸਦਾ ਦੁਪੱਟਾ ਡਬਲ ਕਲਰ ਦੇ ਵਿੱਚ, ਦੁਪੱਟਾ ਫਰੋਜ਼ੀ ਅਤੇ ਮਜੈਂਟਾ ਦੇ ਕੰਟਰਾਸਟ ਦੇ ਨਾਲ ਪੂਰਾ 2.5 ਮੀਟਰ ਦਾ ਟੈਬੀ ਲਾਈਨਿੰਗ ਦੇ ਵਿੱਚ ਦੁਪੱਟਾ, ਅਤੇ ਫਿਨਿਸ਼ਿੰਗ ਲੇਸ ਦੇ ਨਾਲ ਕੀਤੀ ਗਈ ਹੈ। 3200 ਪ੍ਰਾਈਸ ਦੇ ਨਾਲ, 3200 ਪ੍ਰਾਈਸ ਦੇ ਨਾਲ ਆਪਣਾ ਇਹ ਵਾਲਾ ਸੂਟ। ਇਹ ਸਾਰੇ ਸਿੰਗਲ ਸਿੰਗਲ ਡਿਜ਼ਾਈਨ ਦੇ ਵਿੱਚ ਸੂਟ ਦਿਖਾਵਾਂਗੇ ਤੁਹਾਨੂੰ। ਨੈਕਸਟ ਡਿਜ਼ਾਈਨ ਸ਼ੁਰੂ ਕਰਦੇ ਹਾਂ, ਬੜਾ ਸੋਹਣਾ ਮਸਟਰਡ ਕਲਰ ਦੇ ਵਿੱਚ ਹੈ ਜੀ, ਇਹ ਯੈਲੋ ਮਸਟਰਡ ਕਲਰ, ਬੜਾ ਪਿਆਰਾ ਬ੍ਰਾਈਟ ਜਿਹਾ ਮਸਟਰਡ ਕਲਰ ਹੈ ਜੀ। ਇਹ ਵੀ ਪਿਓਰ ਟੈਬੀ ਲਾਈਨਿੰਗ ਦੀ ਸ਼ਰਟ ਹੈ, ਪ੍ਰਿੰਟਡ ਸ਼ਰਟਸ ਦੇ ਵਿੱਚ ਆਪਾਂ ਡਿਜ਼ਾਈਨਿੰਗ ਕੀਤੀ ਹੋਈ ਹੈ। ਇਹ ਦੇਖੋ ਕਿੰਨਾ ਪਿਆਰਾ ਵਰਕ ਆ ਗਿਆ ਇਹਦੇ 'ਤੇ, ਉੱਪਰ ਨੈੱਕ ਬਣ ਜਾਣੀ ਹੈ, ਇਹ ਥੋੜ੍ਹੇ ਸ਼ੋਲਡਰ ਇੱਥੋਂ ਸ਼ੁਰੂ ਹੋਣਗੇ, ਨੀਚੇ ਸ਼ੋਲਡਰ ਤੱਕ ਆਉਣਾ ਹੈ ਜੀ ਇਹ ਨੀਚੇ ਤੱਕ, ਬਹੁਤ ਸੋਹਣਾ ਵਰਕ ਹੋਇਆ, ਅਤੇ ਨੀਚੇ ਘੇਰੇ 'ਤੇ ਵੀ ਵਰਕ ਹੈ ਜੀ, ਘੇਰੇ 'ਤੇ ਬੜਾ ਪਿਆਰਾ ਵਰਕ ਹੈ ਸ਼ਰਟ 'ਤੇ ਸਾਰੀ 'ਤੇ। ਇਹ ਤਾਂ ਆ ਗਈ ਆਪਣੀ ਸ਼ਰਟ, ਅਤੇ ਇਸਦੇ ਨਾਲ ਕਰੇਬ ਦੀ 3 ਮੀਟਰ ਦੀ ਬੋਟਮ ਹੈ ਜੀ, ਇਹ ਵਾਲੇ ਸੂਟ ਦੇ ਨਾਲ ਕਰੇਬ ਦੀ 3 ਮੀਟਰ ਦੀ ਬੋਟਮ, ਇਹ ਬੋਟਮ 'ਤੇ ਵਰਕ ਆ ਗਿਆ, ਬਹੁਤ ਪਿਆਰਾ ਬਰੀਕੀ ਟਾਂਕੇ ਦੇ ਨਾਲ ਵਰਕ ਕੀਤਾ ਹੋਇਆ ਬੋਟਮ 'ਤੇ, ਅਤੇ 3 ਮੀਟਰ ਦੀ ਕਰੇਬ ਦੀ ਬੋਟਮ ਹੈ ਜੀ ਇਹ ਸੂਟ ਦੇ ਨਾਲ, ਇਹ ਬੋਟਮ ਆ ਗਈ। ਅਤੇ ਦੁਪੱਟਾ ਤੁਸੀਂ ਦੇਖ ਸਕਦੇ ਹੋ, ਬਹੁਤ ਪਿਆਰਾ ਟੈਬੀ ਲਾਈਨਿੰਗ ਦੇ ਵਿੱਚ ਦੁਪੱਟਾ, 2.5 ਐਂਡ 2.5 ਦੇ ਵਿੱਚ ਦੁਪੱਟਾ, ਅਤੇ 4 ਸਾਈਡ ਕੱਟ ਵਰਕ ਕੀਤਾ ਹੋਇਆ, ਜਿਵੇਂ ਸ਼ਰਟ 'ਤੇ ਵਰਕ ਹੈ, ਇਹ ਦੇਖੋ ਨੈੱਕ 'ਤੇ ਵਰਕ ਸੀਗਾ, ਸੇਮ 4 ਸਾਈਡ ਵਰਕ ਕੀਤਾ ਹੋਇਆ ਦੁਪੱਟੇ 'ਤੇ, 4 ਸਾਈਡ ਵਰਕ ਦੇ ਨਾਲ ਇਹ ਵਾਲਾ ਦੁਪੱਟਾ। ਇਸ ਇੱਥੇ ਤੋਂ ਤੁਸੀਂ ਇਹਦਾ ਸਕਰੀਨਸ਼ੋਟ ਲੈ ਸਕਦੇ ਹੋ, ਬਹੁਤ ਪਿਆਰਾ ਸੂਟ ਹੈ, 3600 ਪ੍ਰਾਈਸ ਦੇ ਨਾਲ, 3600 ਪ੍ਰਾਈਸ ਦੇ ਨਾਲ ਆਪਣਾ ਇਹ ਵਾਲਾ ਸੂਟ। ਇਹਦੇ 'ਚ ਹੈਗੇ ਆ ਹੁਣ ਆਪਣੇ ਕੋਲ ਕਲਰ ਆਪਸ਼ਨ, ਇਹ ਸੇਮ ਦੇ ਵਿੱਚ ਤੁਹਾਨੂੰ ਕਲਰ ਦਿਖਾਉਂਦੀ ਹਾਂ, ਬੜੇ ਪਿਆਰੇ ਪਿਆਰੇ ਕਲਰ ਹੈ ਜੀ ਇਹਦੇ ਵਿੱਚ। ਨੈਕਸਟ ਹੈਗਾ ਇਹਦੇ ਵਿੱਚ ਮਜੈਂਟਾ ਕਲਰ, ਮਜੈਂਟਾ ਵੀ ਜਿਹੜਾ ਇੱਕਦਮ ਰਿਐਲਿਟੀ 'ਚ ਅਸਲੀ ਮਜੈਂਟਾ ਕਲਰ ਹੁੰਦਾ ਉਹ ਵਾਲਾ ਕਲਰ ਆ, ਉਵੇਂ ਹੀ ਦੇਖੋ ਟੈਬੀ ਲਾਈਨਿੰਗ ਦੀ ਸ਼ਰਟ ਹੈ, ਸਾਰਾ ਉੱਪਰ ਤੱਕ ਵਰਕ ਹੋਇਆ, ਬਹੁਤ ਪਿਆਰਾ ਮੈਰੂਨ ਦੇ ਨਾਲ ਵਰਕ, ਘੇਰੇ 'ਤੇ ਵੀ ਵਰਕ ਹੈ। ਇਹ ਜਿਵੇਂ ਆਪਣੇ ਹੁਣ ਤਿਉਹਾਰ ਸ਼ੁਰੂ ਹੋ ਜਾਣੇ ਜੀ, ਜਿਨ੍ਹਾਂ ਨੂੰ ਕਰਵੇ 'ਤੇ ਕੋਈ ਜ਼ਿਆਦਾ ਹੈਵੀ ਸੂਟ ਨਹੀਂ ਪਾਉਣਾ ਪਸੰਦ, ਮਸ਼ੀਨੀ ਵਰਕ ਦੇ ਵਿੱਚ ਤੁਸੀਂ ਰੀਜ਼ਨੇਬਲ ਰੇਟ ਦੇ ਵਿੱਚ ਸੂਟ ਲੈਣਾ, ਤਾਂ ਬੈਸਟ ਸੂਟ ਹੈ ਜੀ ਅੱਜ ਦੇ, ਕਿਉਂਕਿ ਕਲਰ ਬੜੇ ਪਿਆਰੇ। ਇਹ ਬੋਟਮ 'ਤੇ ਵਰਕ ਆ ਜਾਣਾ, ਕਰੇਬ ਦੀ 3 ਮੀਟਰ ਦੀ ਬੋਟਮ ਹੈ ਜੀ ਨਾਲ, ਪੂਰੀ 3 ਮੀਟਰ ਦੀ ਬੋਟਮ ਹੋਊਗੀ ਜੀ ਹਰੇਕ ਸੂਟ ਦੇ ਨਾਲ, ਅਤੇ ਨਾਲ ਟੈਬੀ ਦੇ ਵਿੱਚ, ਟੈਬੀ ਲਾਈਨਿੰਗ ਦੇ ਵਿੱਚ 2.5 ਐਂਡ 2.5 ਦੁਪੱਟਾ, ਅਤੇ 4 ਸਾਈਡ ਵਰਕ ਦੇ ਨਾਲ,
ਦੁਪੱਟੇ ਦੀ ਬਹੁਤ ਪਿਆਰੀ ਡਾਈ ਹੋਈ ਹੈ ਮਜੈਂਟਾ ਕਲਰ ਦੇ ਵਿੱਚ। ਇਹ ਲੁੱਕ ਹੈ ਜੀ 3600 ਪ੍ਰਾਈਸ ਦੇ ਨਾਲ, 3600 ਪ੍ਰਾਈਸ ਦੇ ਨਾਲ ਆਪਣਾ ਇਹ ਵਾਲਾ ਸੂਟ। ਇਹਦੇ ਵਿੱਚ ਨੈਕਸਟ ਹੈਗਾ ਮਹਿੰਦੀ ਕਲਰ, ਸੇਮ ਡਿਜ਼ਾਈਨ ਦੇ ਵਿੱਚ ਮਹਿੰਦੀ ਕਲਰ, ਪ੍ਰੋਪਰ ਜਿਹੜਾ ਅਸਲੀ ਮਹਿੰਦੀ ਕਲਰ ਹੁੰਦਾ ਉਹ ਵਾਲਾ ਕਲਰ ਹੈ। ਪਿਓਰ ਟੈਬੀ ਲਾਈਨਿੰਗ ਦੇ ਵਿੱਚ ਪ੍ਰਿੰਟਡ ਸ਼ਰਟ ਆ ਗਈ ਅਤੇ ਵਰਕ ਆ ਗਿਆ ਜੀ ਨੈੱਕ 'ਤੇ, ਪਿਆਰਾ ਵਰਕ ਘੇਰੇ 'ਤੇ ਵਰਕ ਆ ਗਿਆ ਸੇਮ। ਇਹ ਤਾਂ ਆ ਗਈ ਆਪਣੀ ਸ਼ਰਟ ਅਤੇ ਕਰੇਪ ਦੀ 3 ਮੀਟਰ ਦੀ ਬੋਟਮ, ਇਹ ਬੋਟਮ 'ਤੇ ਵਰਕ ਆ ਗਿਆ, ਕਰੇਪ ਦੀ 3 ਮੀਟਰ ਦੀ ਬੋਟਮ ਹੈ ਜੀ, ਇਹ ਬੋਟਮ 'ਤੇ ਵਰਕ ਹੈ। ਅਤੇ ਟੈਬੀ ਲਾਈਨਿੰਗ ਦੇ ਵਿੱਚ ਦੁਪੱਟਾ ਟਾਈ ਐਂਡ ਡਾਈ ਦੇ ਵਿੱਚ ਅਤੇ 4 ਸਾਈਡ ਵਰਕ ਦੇ ਨਾਲ ਬਹੁਤ ਸੋਹਣਾ ਕੱਟ ਵਰਕ ਹੋਇਆ ਦੁਪੱਟੇ 'ਤੇ। ਇਹ ਲੁੱਕ ਹੈ ਜੀ ਸੂਟ ਦੀ 3600 ਪ੍ਰਾਈਸ ਦੇ ਨਾਲ, 3600 ਪ੍ਰਾਈਸ ਦੇ ਨਾਲ ਆਪਣਾ ਇਹ ਵਾਲਾ ਸੂਟ। ਅਤੇ ਨੈਕਸਟ ਹੈਗਾ ਇਹਦੇ ਵਿੱਚ ਬਲੈਕ ਕਲਰ, ਸੇਮ ਦੇ ਵਿੱਚ ਬਲੈਕ ਕਲਰ ਹੈ, ਪ੍ਰਿੰਟ ਬੜਾ ਪਿਆਰਾ, ਪਿਓਰ ਟੈਬੀ ਲਾਈਨਿੰਗ ਦੇ ਵਿੱਚ ਸ਼ਰਟ, ਨੈਕ 'ਤੇ ਵਰਕ ਹੈ, ਘੇਰੇ 'ਤੇ ਵਰਕ ਆ ਗਿਆ ਉਵੇਂ। ਅਤੇ ਕਰੇਪ ਦੀ 3 ਮੀਟਰ ਦੀ ਬੋਟਮ ਹੈ ਜੀ ਨਾਲ, ਬੋਟਮ 'ਤੇ ਵਰਕ ਹੈ ਸੇਮ 3 ਮੀਟਰ ਦੀ ਬੋਟਮ ਕਰੇਪ ਦੀ। ਅਤੇ ਨਾਲ ਟਾਈ ਐਂਡ ਡਾਈ ਦੇ ਵਿੱਚ ਟੈਬੀ ਲਾਈਨਿੰਗ ਦੇ ਵਿੱਚ ਦੁਪੱਟਾ, ਅਤੇ ਨਾਲ ਕੱਟ ਵਰਕ ਸੇਮ 4 ਸਾਈਡ ਜਿਹੜਾ ਸ਼ਰਟ 'ਤੇ ਹੋਇਆ ਕੱਟ ਵਰਕ। 3600 ਪ੍ਰਾਈਜ਼ ਹੈ, ਮੈਂ 4 ਸੂਟ ਇੱਕ ਡਿਜ਼ਾਈਨ 'ਚ ਤੁਹਾਨੂੰ ਦਿਖਾਏ ਆ, 4 ਕਲਰ 3600 ਪ੍ਰਾਈਜ਼ ਦੇ ਨਾਲ, 3600 ਪ੍ਰਾਈਜ਼ ਦੇ ਨਾਲ। ਹਾਂਜੀ, ਅੱਜ ਦੇ ਸੂਟਾਂ ਦੇ ਵਿੱਚ ਜਿਹੜਾ ਵੀ ਸੂਟ ਤੁਹਾਨੂੰ ਵਧੀਆ ਲੱਗਦਾ ਉਹਦਾ ਸਕਰੀਨਸ਼ਾਟ ਭੇਜ ਕੇ ਤੁਸੀਂ ਆਪਣੇ ਸੂਟ ਦੀ ਬੁਕਿੰਗ ਕਰ ਸਕਦੇ ਹੋ। ਅਤੇ ਬੁਕਿੰਗ ਲਈ ਨੰਬਰ ਹੈ ਜੀ ਮੇਰਾ 8146580308 3 8463 8680 ਲਾਈਕ ਜ਼ਰੂਰ ਕਰਿਆ ਕਰੋ ਅਤੇ ਪਲੀਜ਼ ਕਮੈਂਟ ਕਰਕੇ ਜ਼ਰੂਰ ਦੱਸਿਆ ਕਰੋ ਕਲੈਕਸ਼ਨ ਕਿਵੇਂ ਲੱਗੀ। ਵੀਡੀਓ ਦੇਖਣ ਲਈ ਥੈਂਕ ਯੂ ਵੈਰੀ ਮੱਚ।